भारत सरकार दे वलों खालिस्तान लहर दे नाल जुड़े नौ व्यक्तियों नूं देश विरोधी कार्रवाइयां दे इल्जाम दे तहत अतवादी ऐलानिया गया है। वख-वख मुल्कां दे विच रहिंदे इन्हां नौ व्यक्तियों दे विच नाम शामिल है हरदीप सिंह निजर होरां दा। जाहिर तौर ते भारत सरकार दा इह वड्डा फैसला है। भारत दे गृह मंत्रालय दे मुताबक विदेशां दे विच वख-वख मुल्कां च वसदे इह नौ व्यक्तियों ते गैर कानूनी गतिविधियां रोकू एक्ट दीआं धरावां लाईआं ने। हरदीप सिंह निजर गुरु नानक सिख गुरद्वारा साहिब सरी डेल्टा कैनेडा दे मुख सेवादार दे वजों सेवा निभा रहे ने। जदों साडी टीम ने हरदीप सिंह निजर होरां दे नाल गलबात कीती, उन्हां दा पक्ष जानण दी कोशिश कीती तां उन्हां अपना पक्ष कुछ इस तरह रख्या। ਇਹ ਜੀ ਜਿਹੜੀਆਂ ਹੁਣ ਨਵੀਆਂ ਕੋਈ ਧਰਾਵਾਂ ਉੱਥੇ ਹਿੰਦੁਸਤਾਨ ਦੀ ਸਰਕਾਰ ਨੇ ਜਾਰੀ ਕੀਤੀਆਂ, ਜਿਹਨੂੰ UPCS ਕੁਛ ਕਹਿੰਦੇ ਆ, ਇਹ ਟਾਂਡਾ ਤੋਂ ਬਾਅਦ ਆਈ ਆ, ਇਹ ਥੋੜ੍ਹਾ ਸਮਾਂ ਹੋਇਆ ਅਤੇ ਉਹ ਧਰਾਵਾਂ ਲਾਈਆਂ ਜਿਹਦੇ ਨਾਲ ਦੇਸ਼ ਧਰੋਈ ਜਾਂ ਖਾਲਿਸਤਾਨੀ ਕਹਿਣ ਦਾ ਮੰਨ ਲਓ ਇਹ ਗੱਲਬਾਤ ਉਹਨੇ ਕੀਤੀ ਆ। ਇਹ ਸੋਸ਼ਲ ਮੀਡੀਆ 'ਤੇ ਕਾਫੀ ਜਿੰਨਾ ਵੀ ਹਿੰਦੁਸਤਾਨ ਦਾ ਮੀਡੀਆ ਆ, ਉਹ ਚੈਨਲ ਆ ਜਾਂ ਅਖਬਾਰਾਂ ਆ, ਜਗਬਾਣੀ ਜਾਂ ਹੋਰ, ਉਹਦੇ ਵਿੱਚ ਕਾਫੀ ਇਸ ਵੇਲੇ ਚੱਲ ਰਿਹਾ ਜੀ। ਉਹਦੇ ਵਿੱਚ ਇੱਕ ਗੁਰਪਤਵੰਤ ਸਿੰਘ ਪੰਨੂ ਆ ਜੀ, ਅਤੇ ਇੰਗਲੈਂਡ ਤੋਂ ਪਰਮਜੀਤ ਸਿੰਘ ਪੰਮਾ, ਅਤੇ ਜਰਮਨ ਤੋਂ ਗੁਰਮੀਤ ਸਿੰਘ ਬੱਗਾ, ਅਤੇ ਇੱਕ ਹੋਰ ਸਿੰਘ ਆ, ਅਤੇ ਬਾਕੀ ਜਿਹੜੇ ਪੁਰਾਣੇ ਮੂਵਮੈਂਟ ਨਾਲ ਜੁੜੇ ਹੋਏ ਆ ਸੰਘਰਸ਼ ਨਾਲ ਉਹ ਸਿੰਘ ਆ ਜੀ। ਇੱਥੇ ਮੈਨੂੰ ਆਏ ਨੂੰ, ਮੈਂ 97 ਦਾ ਆਇਆ, ਕੋਈ ਮੇਰੇ 'ਤੇ ਚਾਰਜ ਨਹੀਂ ਲੱਗਾ। ਅਰੈਸਟ ਮੈਨੂੰ ਕੀਤਾ ਗਿਆ ਸੀਗਾ ਹਿੰਦੁਸਤਾਨ ਦੀ ਸਰਕਾਰ ਨੇ, ਇਹਨਾਂ ਨੂੰ ਇੱਥੇ ਕਹਿ ਕੇ ਏਜੰਸੀਆਂ ਨੂੰ, ਅਤੇ ਮੈਨੂੰ ਅਰੈਸਟ ਕੀਤਾ ਗਿਆ, ਅਤੇ ਇਹਨਾਂ ਦੇ ਕੋਲ ਕੋਈ ਵੀ ਸਬੂਤ ਨਹੀਂ ਮੇਰੇ ਅਗੇਂਸਟ ਨਿਕਲਿਆ, ਅਤੇ ਇਹਨਾਂ ਨੂੰ ਛੱਡਣਾ ਪਿਆ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਪੰਜਾਬ ਦੇ ਵਿੱਚ ਤਾਂ ਘਰ ਆਪਣੇ ਪਿੰਡ ਪਿੱਛੇ ਕੋਈ ਹੈ ਨਹੀਂ ਗਾ, ਮੇਰੇ ਤਾਇਆ ਜੀ ਆ, ਉੱਥੇ ਆਉਂਦੇ ਜਾਂਦੇ ਰਹਿੰਦੇ ਆ। ਹਰੇਕ ਦੋ ਵੀਕਾਂ ਬਾਅਦ ਹਰੇਕ ਜ਼ਿਲ੍ਹਿਆਂ ਤੋਂ NI ਵਾਲੇ ਜਿਹੜੇ ਹੁਣ ਨਵੀਂ ਦਿੱਲੀ ਤੋਂ ਆ ਉਹ, ਜਾਂ ਹੋਰ ਵੱਖ ਵੱਖ ਜ਼ਿਲ੍ਹਿਆਂ ਤੋਂ ਆਉਂਦੇ ਰਹਿੰਦੇ ਆ, ਪੁੱਛਗਿੱਛ ਕਰਕੇ ਚੱਲ ਜਾਂਦੇ ਆ। ਇਹ ਜੀ ਜਦੋਂ ਤੁਸੀਂ ਆਪਣੇ ਸ਼ਹੀਦਾਂ ਦੀ ਗੱਲ ਕਰਨੀ ਆ, ਜਿਹੜਾ 1984 ਦੇ ਵਿੱਚ ਸਾਡੇ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ, ਉਹਦੇ ਨਾਲ ਸਿੱਖ ਹਰ ਦੇ ਬਲੁੰਦਰੇ ਗਏ, ਅਤੇ 1.5 ਤੋਂ 2 ਲੱਖ ਨੌਜਵਾਨ ਸ਼ਹੀਦ ਹੋਇਆ। ਅਤੇ ਜਦੋਂ ਪੰਜਾਬ ਦੀ ਧਰਤੀ 'ਤੇ ਸੀ, ਅਸੀਂ ਆਪਣੇ ਪਿੰਡੇ 'ਤੇ ਵੀ ਤਸ਼ੱਦਦ ਸਹਿਆ, ਕਿਉਂਕਿ ਉੱਥੇ ਬੱਚਾ ਬੁੱਢਾ ਕੋਈ ਵੀ ਨਹੀਂ ਬਖਸ਼ਿਆ ਗਿਆ ਉਸ ਵੇਲੇ ਦੀ ਹਿੰਦੁਸਤਾਨ ਸਰਕਾਰ ਬਿਆਂਤੇ ਦੇ ਟਾਈਮ 'ਤੇ। ਉਹੀ ਦੌਰ ਦੇ ਵਿੱਚੋਂ ਅਸੀਂ ਨਿਕਲ ਕੇ ਇੱਥੇ ਆਏ, ਅਤੇ ਉਹੀ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਜਦੋਂ ਕਦੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਆ, ਕਿਤੇ ਸਾਡੇ ਨੌਜਵਾਨਾਂ ਦੀ ਫੜੋ ਫੜਾਈ ਹੁੰਦੀ ਆ। ਲਾ ਲਓ ਵੀ ਹੁਣ ਜੱਗੀ ਜੌਲ ਵਰਗੇ ਨੌਜਵਾਨ ਜਿਨ੍ਹਾਂ ਨੇ 1984 ਵੈਬਸਾਈਟ ਤਿਆਰ ਕੀਤੀ, ਉਹ ਵਿਆਹ ਕਰਾਉਣ ਗਏ, ਕੋਈ ਅਪਰਾਧੀ ਤਾਂ ਨਹੀਂ ਸੀਗਾ ਉਹ। ਜੇ ਹੁਣ ਇੱਥੋਂ ਸਾਡਾ ਬੱਚਾ ਜਾਂ ਮੇਰਾ ਕੱਲ੍ਹ ਨੂੰ ਬੱਚਾ ਜਾਂ ਹੋਰ ਕਿਸੇ ਦਾ ਬੱਚਾ ਉੱਥੇ ਵਿਆਹ ਕਰਾਉਣ ਚਲ ਜਾਵੇ, ਉਹ ਕੋਈ ਟੈਰੋਰਿਸਟ ਜਾਂ ਅੱਤਵਾਦੀ ਨਹੀਂ ਗਾ, ਪਰ ਉਹਨੂੰ ਉਹਦੇ 'ਤੇ ਕੇਸ ਕਰਕੇ ਉਹਨੂੰ ਕੋਈ ਕੇਸ ਦਾ ਸਬੂਤ ਵੀ ਨਹੀਂ ਗਾ ਮਿਲਿਆ, ਉਹਨੂੰ ਨਜ਼ਰਬੰਦ ਕੀਤਾ। ਅਤੇ ਹੁਣ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਲਓ ਬਈ, ਨੌਜਵਾਨ ਗਰੀਬ ਘਰਾਂ ਦੇ ਕਿਰਤੀ ਸਿੰਘ ਜਿਹੜੇ ਆਪਣੇ ਬੱਚਿਆਂ ਦਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਮਸੀ ਕਰ ਰਹੇ ਸੀ, ਉਹਨਾਂ ਨੂੰ ਜਥੇਬੰਦੀਆਂ ਦੇ ਨਾਲ ਹਥਿਆਰ ਪਤਾ ਨਹੀਂ ਕਿੱਥੋਂ ਦੇ ਕੇ ਟੁੱਟੇ ਭੱਜੇ, ਉਹਨਾਂ ਦੇ ਸਿਰ ਮੜ ਦਿੱਤਾ ਜਾਂਦਾ। ਪਰ ਇਹ ਦੁੱਖ ਦੀ ਗੱਲ ਆ। ਅਤੇ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਜ਼ਰੂਰ ਦੱਸਣਾ ਚਾਹੁੰਦਾ, ਜਿਹੜੀ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਸੋਸ਼ਲ ਮੀਡੀਆ ਤੋਂ ਜਿੱਦਾਂ ਮੈਸੰਜਰ 'ਤੇ ਮੈਸੇਜ ਕਰਦੇ ਆ ਜਾਂ ਹੋਰ ਕੋਈ ਕਰਦੇ ਆ ਜਾਂ ਕੋਈ ਵਟਸਐਪ ਆ ਜਾਂ ਉਹ ਫੇਸਬੁੱਕ ਆ, ਉਹ ਤੋਂ, ਕਿਉਂਕਿ ਸਰਕਾਰੀ ਏਜੰਸੀਆਂ ਦਾ ਤੰਤਰ ਨੇ ਬੜਾ ਜਾਲ ਬਣਿਆ, ਉਹ ਤੋਂ ਬਚ ਕੇ ਰਹਿਣ। ਕਿਉਂਕਿ ਨੌਜਵਾਨਾਂ ਨੂੰ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ, ਉਹਨਾਂ ਦੇ ਖੌਨ ਖੂਲਦੇ ਆ, ਅਤੇ ਸਰਕਾਰ ਚਾਹੇ ਬੇਅੰਤ ਸਰਕਾਰ ਸੀ, ਚਾਹੇ ਉਸ ਤੋਂ ਪਹਿਲਾਂ ਸਰਕਾਰ ਸੀ ਜਾਂ ਹੁਣ ਦੀਆਂ ਸਰਕਾਰਾਂ ਆ ਕੈਪਟਨ, ਇਹ ਸਾਡੇ ਖੂਨ ਦੀ ਹੋਲੀ ਖੇਡਣਾ ਚਾਹੁੰਦੀਆਂ, ਕਿਉਂਕਿ ਸਾਨੂੰ ਦਬਾਉਣਾ ਚਾਹੁੰਦੀਆਂ। ਇਸ ਕਰਕੇ ਮੈਂ ਉਹ ਨੌਜਵਾਨਾਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ ਬੇਨਤੀ ਕਰਦਾ ਵੀ ਸੋਸ਼ਲ ਮੀਡੀਆ 'ਤੇ ਖਿਆਲ ਰੱਖੋ। ਏਜੰਸੀਆਂ ਬਹੁਤ ਵੱਡੀ ਤਾਦਾਦ ਵਿੱਚ ਐਕਟਿਵ ਆ, ਉਹ ਤੁਹਾਡਾ ਕਦੇ ਵੀ ਨੁਕਸਾਨ ਜਾਨੀ ਅਤੇ ਮਾਲੀ ਕਰ ਸਕਦੀਆਂ, ਅਤੇ ਆਪਣਾ ਬਚਾਅ ਆਪ ਕਰੋ ਅਤੇ ਆਪ ਸਿਆਣੇ ਹੋਵੋ ਅਤੇ ਬਾਣੀ 'ਤੇ ਬਾਣੇ ਨਾਲ ਜੁੜੋ। ਹਾਂਜੀ, ਮੇਰੇ ਕੋਲ ਕਦੇ ਵੀ ਨਹੀਂ ਇੱਦਾਂ ਦੀ ਗੱਲ ਹੋਈ, ਪਰ ਹਾਂ ਮੈਨੂੰ ਫੋਨ ਆਉਂਦੇ ਆ, ਅਨਨੋਨ ਨੰਬਰ 'ਤੇ ਬੰਦੇ ਫੋਨ ਕਰਕੇ ਗਾਲੀ ਗਲੋਚ ਕਰਦੇ ਆ, ਪਰ ਮੈਂ ਉਹਨਾਂ ਨੂੰ ਸ਼ਰੇਆਮ ਕਹਿੰਦਾ ਹੁੰਦਾ ਬਈ, ਜੇ ਤੁਹਾਡੇ ਵਿੱਚ ਦਮ ਆ ਤੁਸੀਂ ਟਾਈਮ ਦੱਸੋ, ਆਪਾਂ ਮਿਲ ਲੈਂਦੇ ਹਾਂ ਜਾਂ ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ, ਪਰ ਪ੍ਰਾਈਵੇਟ ਤੁਸੀਂ ਸਿੱਧਾ ਮੇਰਾ ਨੰਬਰ ਲਓ। ਜੇ ਮੇਰੇ ਨੰਬਰ 'ਤੇ ਤੁਸੀਂ ਕਾਲ ਕਰਦੇ, ਤੁਸੀਂ ਇੰਨੀ ਤਾਂ ਜ਼ਰੂਰਤ ਰੱਖੋ ਵੀ ਮੈਨੂੰ ਆਪਣਾ ਨੰਬਰ ਦੇ ਦਿਉ, ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ। ਪਰ ਉਹ ਹਿੰਦੁਸਤਾਨ ਦੀ ਸਰਕਾਰ ਇੱਥੇ ਵੀ ਡਰਾਉਣਾ ਚਾਹੁੰਦੀ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਮੰਨ ਲਓ ਉਹ ਬੰਦਿਆਂ ਤੋਂ ਆਪਣੇ ਜਿਹੜੇ ਉਹਨਾਂ ਦੇ ਕਰਿੰਦੇ ਉਹਨਾਂ ਤੋਂ ਕਾਲਾਂ ਕਰਾ ਕੇ ਜਾਂ ਆਲੇ ਦੁਆਲੇ ਝੂਠਾ ਪ੍ਰਚਾਰ ਕਰਕੇ ਵੀ ਉਹ ਕਹਿੰਦੇ ਵੀ ਇਹ ਪਤਾ ਨਹੀਂ ਡੈਕਡੋਲ ਲਿਖਾ ਲਊਗਾ,
ये गुरु खालसा कलगी धर का साझा होया ना पंथ नूं कदे पैठ दिखाई है साढ़े बड वडेरिया ने साढ़े बजुर्गों तो लैके क्योंकि मेरा पिछोकड़ बब्बर अकाली लहर दे नाल आ ते जिहड़े मेरे पड़दादे सी उन्हां नूं भी उस वेले दी अंग्रेज़ हुकूमत ने पिंड दे विच फांसी दित्ती सी। ये साडियां रगां दे विच उन्ना चिर दसवें पातशाह का खून दौड़ता रहेगा ते असीं कदे पंथ ते ग्रंथ नूं मैं वादा तुहाडे नाल करदा कदे भी अहीं पैठ नहीं दिखावांगे कदे भी उन्हां विच जुरत नहीं जिहड़ी साडी अख दे विच अख पा के उन्हां दे जिहड़े दम छले आ इत्थे भी तुरे फिरदे साडे भीसर दे विच गुरद्वारियां दे विच भी जां राहिब गाहे भी उन्हां विच जुरत ही नहीं भी साडे नाल अख च अख पा के गल कर लैण जे सानूं पुछ लैण। मेरे को इत्थे वकील मैं अपना रखा होया आ उन्हें केस किया इंटरपोल तो इंटरपोल असीं जवाब तलबी किया भी दसो किहड़ा तुहाडे कोल प्रूफ आ। हिंदुस्तान की सरकार तो झूठे केस पा के नौजवानों नूं जिन्हां ने पंथ की गल करनी तो ग्रंथ की गल करनी वह केस पा रही आ ते उन्हां दे कोल कोई भी इहो जिहा प्रूफ नहीं निकलिया हैगा तो उन्होंने इंटरपोल तो फिर मेरा नाँ ला दिता सी बी आई जिहड़ी हिंदुस्तान की बनाई हुई है उहदे विच ते एन आई ए दे विच ना आ वो काफ़ी प्रचलित उत्थे मेरा नाँ चल रहा हिंदुस्तान दे विच वे बहुत खूंखार अतवादी आ जां इदां आ ते उदां आ पर आपां तां इत्थे हाँ पंथ की गल जरूर करते हैं वो करते ही रहने हैं। 1.5-2 लाख मुंडा मरा के नाल दे भरावां नूं शहीद करा के आप उत्थे थाणियां दे विच कुट खा के आ के ते असीं अज बेमुख हो जाइए मेरी जमीर तां कदे नहीं इजाजत दिंदी हैगी भी हाँ असीं आवाज़ बुलंद करते रहेंगे कोई भी कानूनी कार्रवाई होगी वो असीं करते रहेंगे अपना राज भग जिन्ना चिर साडा स्थापित नहीं हुंदा। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।